ਨਾ ਜਦੋਂ ਦੇਖੋ ਇਹ ਬੰਦਾ ਫੋਨ ਤੇ ਲੱਗਾ ਰਹਿੰਦਾ, ਕਿੰਨੇ ਵਾਰੀ ਕਿਹਾ ਘਰ ਦੇ ਕੰਮ ਮੁਕਾ ਕੇ ਬੈਠਿਆ ਕਰ। ਟਾਈਮ ਸਿਰ ਹੋਰ ਕੀ ਕਰਾਂ, ਭਾਂਡੇ ਮਾਂ ਲਏ, ਸਫਾਈਆਂ ਕਰ ਦਿੱਤੀਆਂ, 2 ਮਿੰਟ ਮੈਂ ਫੋਨ ਦੇਖਣ ਲੱਗਾ, ਉਹ ਵੀ ਨਹੀਂ ਦੇਖ ਸਕਦਾ ਮੈਂ। ਮੇਰੀ ਗੱਲ ਸੁਣੋ, ਜਿਹੜੀ ਐਡੀ ਪੰਡ ਕੱਪੜਿਆਂ ਦੀ ਪਈ ਨਾ ਧੋਣ ਵਾਲੀ, ਉਹ ਜਾ ਕੇ ਧੋ ਲਓ। ਯਾਰ ਕਿੱਥੇ ਫਸ ਗਿਆ ਮੈਂ, ਹੋਲੀ ਬੋਲ ਹੋਲੀ। ਉਧਰ ਤੇ ਵੀਰ ਜੀ ਉੱਠ ਗਏ ਨਾ। ਤੁਹਾਡੇ ਵੀਰ ਜੀ ਨਾਲ ਇਹ ਕੋਈ ਹਵਾ ਹੋ ਗਿਆ, ਜਦੋਂ ਵੇਖੋ ਮੈਨੂੰ ਉਹਨਾਂ ਦਾ ਡਰਾ ਦਿੰਦੇ ਰਹਿੰਦੇ ਆ। ਤੇ ਰੋਜ਼ ਦਾ ਇਹਨਾਂ ਸਿਆਪਾ, ਮੈਂ ਜਾਣਾ ਕੋਈ ਬੁਝਾਰਤ ਪੁੱਛਦਾ, ਇਹਨੇ ਬੋਲਦੀ ਬੰਦ ਕਰਦਾ। ਵੀਰ ਜੀ ਉੱਠ ਗਏ ਨਾ ਤੇ ਐਂ ਟੈਨਸ਼ਨ ਹੋ ਜਾਣੀ ਹੋਰ। ਵੀਰ ਜੀ ਉੱਠ ਨਹੀਂ ਜਾਣਗੇ, ਵੀਰ ਜੀ ਉੱਠ ਗਏ ਨੇ। ਯਾਰ ਇੱਕ ਤਾਂ ਤੁਹਾਡਾ ਕਲੇਸ਼ ਹੈ ਨਾ ਜਿਹੜਾ, ਮੈਨੂੰ ਸੌਣ ਹੀ ਨਹੀਂ ਦਿੰਦਾ, ਸਾਰੀ ਦਿਨ ਥੱਕਿਆ, 5 ਮਿੰਟ ਸੋਣਾ ਹੁੰਦਾ। ਤੁਸੀਂ ਲੜਕੇ ਆਪਸ 'ਚ ਇੰਜੋਏ ਕਰਨਾ ਤੇ ਮੈਨੂੰ ਵੀ ਇੰਜੋਏ ਕਰਾਓ। ਰੋਜ਼ ਤੂੰ ਕੋਈ ਨਾ ਕੋਈ ਮੈਨੂੰ ਬੁਝਾਰਤ ਪੁੱਛਦਾ। ਅੱਜ ਭਰਜਾਈ ਮੈਂ ਪੁੱਛ ਲਾ, ਤੇਰੀ ਇੱਕ ਘਰ ਵਾਲੀ ਤੇ ਤੇਰੀ ਸੱਸ ਦੋਨੋਂ ਸ਼ੇਰ ਦੇ ਪਿੰਜਰੇ 'ਚ ਬੰਦ ਨੇ, ਤੂੰ ਕਿਹਨੂੰ ਬਚਾਏਗਾ? ਗਲਤ ਸੋਚਣ ਵਾਲੀ ਕਿਹਨੂੰ ਬਚਾਵਾਂਗਾ? ਮੈਂ ਸ਼ੇਰ ਨੂੰ ਬਚਾਵਾਂਗਾ। ਉਹ ਕਿਉਂ ਬਈ? ਇਹਨਾਂ ਨੂੰ ਸ਼ੇਰ ਤੋਂ ਖਤਰਾ ਤਾਂ ਹੈ ਨਹੀਂ, ਸ਼ੇਰ ਨੂੰ ਇਹਨਾਂ ਕੋਲੋਂ ਖਤਰਾ ਹੈ। ਤਾਂ ਕਈ ਸ਼ੇਰ ਘੱਟ ਨੇ ਇੰਡੀਆ 'ਚ, ਸ਼ੇਰ ਨੂੰ ਬਚਾਉਣਾ ਚਾਹੀਦਾ ਨਾ।